ਸਾਸਤਰੀ ਗਾਲਬੀਰ ਜੀ ਮੈਂ 18 ਗੱਲਾਂ ਗਲਾਕੜ ਪਾਨਮ ਜੀ ਤੇ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਕੀਆਂ ਬੜੀਆਂ ਖਬਰਾਂ ਕੱਲ ਵੀਰ ਰਕਾਵਟ ਕੇ ਲਈ ਖੇਦ ਹੈ ਗੱਲ ਕੇ ਵਿੱਚ ਮਾ ਹੋਗੀ ਦੀ ਪ੍ਰੋਬਲਮ ਇਸਕਰ ਕਾ ਕੱਲ ਲਗਾ ਪ੍ਰੋਗਰਾਮ ਨਹੀਂ ਦਿਆ ਤੁਹਾਨੂੰ ਵੀਰ ਇਸਕਰ ਕਾ ਮਾਫੀ ਮੰਗਾ ਪਰ ਮੈਂ ਸੁਣਿਆ ਗਰੇ ਆਜ ਨਿਊਜ਼ ਵਾਲੇ ਨੇ ਕੱਲੁੱਥਾ ਪੋਸਟਰ ਪਾਇਆ ਬਾਜ਼ਾਰ ਰਕਾਵਟ ਕੇ ਲਈ ਖੇਦ ਅੱਜ ਪ੍ਰੋਗਰਾਮ ਆਵੇਗਾ ਨਹੀਂ ਹਰ ਵੀਰ ਮੈਂ ਕਹਤਿਆ ਦਾ ਟੈਲੀਫੋਨ ਕਰਕੇ ਮੈਂ ਵੀਰ ਮੈਂ ਰੇਡੀਓ 'ਤੇ ਜਾਣਾ ਨਹੀਂ ਅੱਜ ਇਸ ਕਰਕੇ ਥਾਰੇ ਬਾ ਪ੍ਰੋਗਰਾਮ ਪਹੁੰਚਣਾ ਨਹੀਂ ਕੱਲੂ ਫੇਰ ਲਾਂਬੇ ਆਵੇਂਗੇ ਤੁਹਾਨੂੰ ਪਹਿਲੇ ਲਿਖ ਕੇ ਪਾ ਦਿਓ ਔਰ ਕੱਲ ਪਾ ਵੀ ਦੀਆ ਇਹਨਾਂ ਨੇ ਲਿਖਾ ਵੀ ਆਪਾਂ ਆ ਜਾਂਦੇ ਨਹੀਂ ਔਰ ਵੀਰ ਕੱਲੇ ਯੋ ਕਹ ਲਿਓ ਮੋਦੀ ਸਾਹਿਬ ਨੇ ਇਹ ਕਿਸਾਨਾਂ ਦੀਆਂ ਮੰਗਾ ਬਾ ਵੀ ਮੰਨ ਲੀਆਂ ਜਿਸਕੇ ਵਿੱਚ ਮੈਂ ਯੋ ਕਿਸਾਨ ਭਾਈ ਕਹਰੇ ਤੇ ਕਹਾ ਜੜੇ ਉਹਨੇ ਕਰੇ ਨਾ ਪਰਚੇ ਪੁਲਿਸ ਵਾਲਿਆਂ ਨੇ ਚਾਹੇ ਹਰਿਆਣਾ ਪੁਲਿਸ ਚਾਹੇ ਦਿੱਲੀ ਪੁਲਿਸ ਚਾਹੇ ਪੰਜਾਬ ਪੁਲਿਸ ਚਾਹੇ ਕੋਈ ਵੀ ਪੁਲਿਸ ਮਤਲਬ ਇਹ ਕਹਿ ਲੋ ਵੀ ਬਾਹਰੇ ਪਰਚੇ ਕਰੋ ਰੱਦ ਇਹੋ ਬਾਤ ਇਹ ਅੜਗੇ ਦੇ ਇਸ ਬਾਤ ਨੂੰ ਲੈ ਕੇ ਸਾਰੇ ਕਿਸਾਨ ਕਰੇ ਵੀ ਇਹ ਗੱਲ ਤਾਂ ਆ ਰਹੀ ਸੀ ਘਰ ਕਾ ਵੀਰ ਕਹਿ ਲੋ ਵੀ ਇਹ ਸੀ ਕੰਮ ਕੇ ਉੱਪਰ ਪੇਚ ਫਸ ਗਿਆ ਇਹ ਮੋਦੀ ਨੂੰ ਬੰਦਿਆਂ ਨੇ ਸਮਝਾਇਆ ਹੋਣਾ ਵੀ ਵੀਰਤਾਉ ਤੋਂ ਇਹ ਕਾਨੂੰਨ ਵੀ ਬਾਪਸ ਕਰ ਲਿਆ ਬੰਦੇ ਤਾਂ ਫੇਰ ਉੱਠਾਈ ਬੈਠੇ ਇਹ ਵਾਗਲੇ ਨੂੰ ਵੀ ਪਤਾ ਵੋਟਾਂ ਦਾ ਟਾਈਮ ਆ ਜੋਗੀ ਨੇ ਅੱਗਾ ਫਿਰ ਵੋਟਾਂ ਵੀ ਲੜਦੀਆਂ ਵੀਰੇ ਜੂਪੀਵਾ ਤੇ ਇਹ ਵੀ ਜੂਪੀਵਾ ਬੜेंगे ਕਿਹੜੇ ਮੂੰਹ ਨਾਲ ਇਸ਼ਕਾਰ ਕਰ ਕਾ ਵੀਰ ਫਿਰ ਸਲਾਮ ਅਸ਼ਵਰਾ ਕਰ ਕਾ ਯੋ ਕਹਿ ਲਿਓ ਵੀਰੇ ਬਾਈ ਯੋ ਜਿਹੜਾ ਕਰਤਿਆ ਫਿਰ ਇਹਨਾਂ ਨੇ ਕੰਮ ਸ਼ੁਰੂ ਵੀਰੇ ਔਰ ਕੱਲ ਕਹਿ ਲੈ ਮੋਰਚਾ ਫਤਿਹ ਹੋ ਗਿਆ ਪਰ ਖਬਰ ਯੋ ਕਹਰੇ ਈ ਵਾਰੀ ਵੀ ਕਾਏ ਵਾਪਸੀ ਹੋ ਜੇਗੀ ਘਰ ਵਾਪਸ ਕਰ ਲੰਗੇ ਸਾਰੇ ਮੁੜ ਜੰਗੇ ਪਿੱਛਾਂ ਨੂੰ ਚਲੋ ਚੰਗੀ ਬਾਤ ਆ ਕਰ ਪਿੱਛਾ ਮੋੜੰਗੇ ਯੋ ਸਾਭ ਕੀ ਯੋ ਕਾ ਵੀਰ ਆਪਣਾ ਕਾਰੋਬਾਰ ਵੀ ਦੇਖਣਾ ਬਹੁਤ ਦੇਰ ਹੋ ਗਿਆ ਸਾਲ ਤੇ ਉਪਰ ਹੋ ਲਿਆ ਟਾਈਮ ਵੀ ਰੁੱਥਾ ਬੈਠਿਆਂ ਨੂੰ ਆ ਰੁੱਦਰ ਕੱਲ ਕਹਰੇ ਕਾ ਹੈਲੀਕਾਪਟਰ ਡਿੱਗਿਆ ਵੀਰ ਇੱਕ ਹੈਲੀਕਾਪਟਰ ਕਾ ਪਤਾ ਨਹੀਂ ਕਾ ਗੇਅਰ ਬਾਕਸਾ ਖਰਾਬ ਤਾਂ ਕਿਹਾ ਤਾਂ ਹੀ ਉਦੋਂ ਪਤਾ ਨਹੀਂ ਵੀਰ ਇਹ ਚਾੜੀਆਂ ਮਾ ਗਿਰ ਗਿਆ ਹੈਲੀਕਾਪਟਰ আর ਉਸ کے بیچ میں આવ્યો سی ڈی ایس بیپن रावत ਜਿਹੜਾ ਫੌਜੀਆਂ ਦਾ ਲੀਡਰ ਦਾ ਹੈ ਉਹ ਫੌਜੀਆਂ ਵਾਲਾ ਲੀਡਰ ਇਹੋ ਵੀਰ ਉੱਥਾ گئے ਹਾਸੇમાં ਕਾ ਵੀ ਇਸकी मौत होगी सस्पेंस बरकरार है 14 ਬੰਦੇ ਦੇ 11 ਤੋਂ ਕਹੇ ਮਰ ਲਿਏ ਵੀਰ ਸ਼ਹੀਦ ਹੋ لیئے আর باقی کا 3 ਬੰਦੇ اس کے بیچ میں کا حال ہے انہاں کا کچھ پتہ نہیں یہ ਵੀ ਬਹੁਤ ਦੁਖਦਾਈ ਬਾਤ ਵੀਰ ਹੈਲੀਕਾਪਟਰ ਗਿਰ ਗਿਆ ਵੀਰ ਆਰੇ ਮਾਰੇ ਦੇ ਇਸ ਕਾ ਯੋ ਹੈਲੀਕਾਪਟਰ ਦਾ ਭਾਰਤ ਕਾ ਹਰਿਸਕਾਰ ਕਾ ਵੀਰ ਦੁਖਦਾਈ ਬਾਤ ਇਸ ਨੂੰ ਆਪਾਂ ਕਹਿ ਸਕਾਂ ਹਰ ਉਧਰ ਜਿੱਥਾ ਆਪਾਂ ਪੰਜਾਬ ਕੀ ਬਾਤ ਕਰ ਰਹੇ ਹਾਂ ਇਸਕੇ ਗੈਰਗੈਰ ਜਿੱਥਾ ਵੀ ਪਾਰਟੀ ਦੇ ਵਿਚਮਾਂ ਯੋ ਕੱਲ ਉੱਥਾ ਆਣ ਆਲੀ ਵਿਧਾਨ ਸਭਾ ਚੋਣਾਂ ਕੇ ਮੱਦੇਨਜ਼ ਸੁਨਾਮ ਕੇ ਵਿਚਮਾਂ ਆ ਰਯੋ ਕੈਲੂ ਵੀਰ ਕੱਲ ਬਾਪੂ ਪ੍ਰਕਾਸ਼ ਬਾਦਲ ਕੀ ਬਹੁਤ ਬੜੀ ਯੋ ਪ੍ਰਕਾਸ਼ ਵਾਲੇ ਛੋਗਰੇ ਬਾਬਲੀ ਰੈਲੀ ਦੀ ਥਾ ਸਨਾਮ ਕੱਲ ਹੋ ਗਿਆ ਵੀਰ ਉਥਾ ਕੱਚਾ ਕੰਮ ਕੱਚਾ ਕੰਮ ਕਿਆ ਹੋਇਆ ਕੱਲ ਉਥਾ ਯੋ ਬਾਪੂ ਪ੍ਰਕਾਸ਼ ਬਾਦਲ ਦੇ ਛੋਗਰਾ ਉਥਾ ਗਿਆ ਰੈਲੀ ਕਰਨ ਆਰ ਵੀਰ ਪੰਡਾਲ ਦੇ ਵਿੱਚ ਵਾ ਕੁਰਸੀਆਂ ਪਈਆਂ ਖਾਲੀ ਬੰਦਾ ਕੋਈ ਪਹੁੰਚਿਆ ਨਹੀਂ ਵੀਰ ਉਥਾ ਹੋ ਗਿਆ ਕਲੇਸ਼ ਪੱਤਰਕਾਰਾਂ ਨੇ ਵੀਡੀਓ ਬਣਾ ਬਣਾ ਕੇ ਨੈੱਟ 'ਤੇ ਚੜਾਤੀ ਇਹਨਾਂ ਨੇ ਅੱਟ ਬਾਅਦ ਚੜਾਈ ਵੀ ਲਾਲ ਰੰਗ ਕੇ ਆ ਕੁਰਸੀਆਂ ਲਵਾ ਲਈ ਇਹਨਾਂ ਨੇ ਲਾਲ ਕੁਰਸੀਆਂ ਤੋਂ ਦੂਰ ਤੇ ਹੀ ਚਮਕਾਂ ਕਿਹੜਾ ਬੈਠਿਆ ਕਿਹੜੀ ਖਾਲੀ ਹਰਿਓ ਕੁਰਸੀਆਂ ਲਾਲ ਲਾਲ ਦਿਖ ਰਹੀਆਂ ਦੂਰ ਤੇ ਹਰ ਲੋਕ ਵੀਡੀਓ ਬਣਾ ਰਹੇ ਵੀਰ ਇਹ ਪਤਾ ਨਹੀਂ ਉਹ ਵੀਰ ਜਦ ਸਗਵੀਰਵਾਦ ਲਾ ਲੀਆ ਤਾਂ ਅਗ ਨਹੀਂ ਆਇਆ ਤਾਂ ਮੁਰਲੀਆਂ ਮੁਰਲੀਆਂ ਕੁਰਸੀਆਂ 'ਚ ਥੋੜੇ ਥੋੜੇ ਬੰਦੇ ਬੈਠੇ ਟਾਮੇ ਟਾਮੇ ਪਿੱਛੇ ਤੋਂ 베ਲੀਆਂ ਪਈਆਂ ਦੀਆਂ ਸਾਰੀਆਂ ਕੁਰਸੀਆਂ ਇਬ ਜੋ ਵੀ ਇੱਕ ਬੜੀ ਟੈਨਸ਼ਨ ਹੋ ਗਈ ਵੀਰ ਇਬ ਇਹ ਕਹੇ ਲੋ ਸੁਖਵੀਰ ਬਾਦਲ ਉੱਥਾ ਪਹੁੰਚਿਆ ਜਿੱਥਾ ਸੁਖਵੀਰ ਬਾਦਲ ਕਹਿ ਰਿਹਾਗਾ ਅਬਾ ਤੇ ਸਰਕਾਰ ਬਣਨ ਵਾਲੀ ਇਬ ਜੇ ਇਹਨਾਂ ਗੱਲ ਯੋ ਬਣਨ ਲੱਗ ਗਿਆ ਫਿਰ ਕੱਲ ਕਾਦਾਈ ਵੀਰੇ ਨੇ ਕੇ ਉੱਪਰ ਯੋ ਬੜੀ ਇੱਕ ਟੈਨਸ਼ਨ ਹੋ ਗਈ ਵੀਰ ਔਰ ਉੱਤਰ ਬੇਸਕ ਸ੍ਰੋਮਣੀ ਅਕਾਲੀ ਦਲ ਨੇ ਅੱਡੀ ਚੋਟੀਆਂ ਜ਼ੋਰ ਲਾਇਆ ਬਾਬ ਇਹ ਪੰਜਾਬ ਦੇ ਵਿੱਚ ਮਹਾਰੀ ਸਰਕਾਰ ਖੜੀ ਹੋ ਵੀ ਗਈ ਐ ਤਕੀ ਔਰ ਕਿਤੇ ਨਾ ਕਿਤੇ ਜੋ ਕਹਿ ਸਕਾਂ ਵੀਰ ਪੰਜਾਬ ਦੇ ਅੰਦਰ ਸ਼ਰੋਮਣੀ ਕਾਲੀ ਦਲਬਾਸਤਾ ਬੜੀ ਮੁਸ਼ਕਲ ਖੜੀ ਹੋ ਗਈ ਕੱਲ ਉੱਥਾ ਸਨਾਮ ਵਾਲੀ ਰੈਲੀ ਦੇ ਵਿੱਚ ਮਾਂ ਇਹ ਵੀਰ ਪੰਡਾਲ ਬਿਲਕੁਲ ਖਾਲੀ ਤਾਂ আর ਇਹ ਬਾਤ ਬਾਤ ਬਣ ਗਈ ਵੀਰ ਇਹ ਬਦਨਾਮੀ ਤੋਂ ਮੜੀ ਜੀ ਗੱਲ ਕੀ ਹੋ ਜਾ ਵੀਰ ਇਹ ਤਾਂ ਫੇਰ ਕੁਰਸੀਆਂ ਖਾਲੀ ਦੀਆਂ ਔਰ ਕੱਲ ਉੱਥਾ ਕਹੇ ਵੀ ਸੀਐਮ ਚੰਨੀ ਕੇ ਉਲੰਭਣਾ ਕੀ ਨਿਯਮਾਂ ਕੀ ਟਚ ਯੋ ਕਾ ਵੀ ਲੰਗਣਾ ਕਾਰਤੀ ਸੀਐਮ ਚੰਨੀ ਕੇ ਹੁਕਮਾਂ ਕੀ ਟਿਚ ਜਾਣਾ ਬਠਿੰਡੇ ਕਾ ਯੋ ਡੀਐਸਪੀ ਰਮਾਣਾ ਕਾ ਫਾਰਗੀ ਹੁਕਮਾਂ ਦੇ ਬਾਅਦ ਵੀ ਡਿਊਟੀ ਪਾ ਯੋ ਕਹਿ ਲੋ ਵੀ ਰੰਗਲੀ ਦੁਨੀਆ ਤੋਂ ਯੋ ਕਹਿ ਵੀ ਯੋ ਰੰਗੜਾ ਜਿਹੜਾ ਮਹਿਕਮਾ ਇੰ ਦਾ ਇਸ਼ਾ ਜਾਣ ਨੂੰ ਦਿੱਲੀ ਕਰਦਾ ਵੀਰ ਇਹ ਵੀ ਉਹੀ ਕਹਿ ਸਕਾਂ ਵੀਰ ਰਮਾਣਾ ਕਹਾ ਜਾਣਾ ਨਹੀਂ ਜਾਣਾ ਨਹੀਂ ਪਤਾ ਨਹੀਂ ਕਿਹਿਆ ਚੱਕਰ ਹੈ ਚੰਨੀ ਸਾਹਿਬ ਨੇ ਆਰਡਰ ਕੱਢੇ ਵੇ ਜਦ ਫੇਰ ਵੀ ਨਹੀਂ ਬੰਦਾ ਜਾ ਰਿਹਾ ਵੀਰ ਯੋ ਤਾਂ ਮਜ਼ਾਕ ਬਣਾਏ ਲਿਆ ਵੇ ਚੰਨੀ ਕੇ ਤਾਂ ਹੁਕਮਾਂ ਕਾ ਕੋਈ ਯੋ ਕਹਿ ਲਓ ਚੰਨੀ ਗੱਲ ਹੁਕਮ ਸਰਕਾਰੀ ਮੰਨਦੇ ਹੀ ਨਹੀਂ ਮੁਲਾਜ਼ਮ ਇਸ ਦਾ ਮਤਲਬ ਯੋਹੀ ਕਹਿ ਸਕਾਂ ਫਿਰ ਆਰ ਯੋਹੀ ਲੋਕ ਕਾਂਗਰਸ ਪਾਰਟੀ ਨੂੰ ਹਰਾਵੇਂਗੇ ਫਿਰ ਯੋਹੀ ਕਹਿ ਸਕਾਂ ਲੋਕਾਂ ਨੇ ਕਹਣਾ ਵੀ ਥਾਰੀ ਗਿਆ ਚਲਾ ਉਥਾ ਥਾਰਾ ਤੋਂ ਡੀਐਸਪੀ ਨਹੀਂ ਮੰਨਦਾ ਜੀ ਥਾਰੀ ਹੈ ਥੰਬ ਕਿਸੇ ਨੂੰ ਕਹਿ ਰਹੋਗੇ ਲੈਗੇ ਫਿਰ ਆਰ ਇਸੇ ਕਰਕੇ ਬਿਰ ਯੋ ਕਾਇ ਤਰ੍ਹਾਂ ਦੇ ਲੋਕ ਜਿਨ੍ਹਾਂ ਨੌਕਰੀ ਤੇ ਫਾਰਕ ਕਰਤਾ ਵਾ ਫਿਰ ਵੀ ਨੌਕਰੀ ਕਰ ਰਿਹਾ ਦੇਖੋ ਯੋ ਕਿ ਤਰ੍ਹਾਂ ਈਵ ਜਜਬਾ ਕਹਿ ਸਕਾਂ ਕਿ ਇਸ ਨੂੰ ਇਸ ਨੂੰ ਪਿਆਰ ਕਹਿ ਸਕਾਂ ਹੈ ਈਵ ਜੇ ਇਿੱਤਰਾਗੇ ਅਫਸਰ ਕੁਰਸੀਆਂ ਛੱਡੇਗੇ ਤਾਂ ਹੀ ਅੱਗਾ ਨਵੇਂ ਬੰਦਿਆਂ ਨੂੰ ਮੌਕਾ ਮਿਲੇਗਾ ਜੇ ਨਵੇਂ ਬੰਦੇ ਤਾਂ ਹੀ ਆਵਣਗੇ ਜੇ ਪੁਰਾਣੇ ਛੱਡੇ ਕੁਰਸੀਆਂ ਅਰ ਯੋ ਕਹ ਲੋ ਵੀ ਬਾਕੀ ਵੀਰ ਟੀਚ ਨਹੀਂ ਕਹਾ ਵਿਭਾਗੀ ਕਾਰਵਾਈ ਕਰਦੇ ਘਾ ਟਾਈਮ ਲੱਗ ਜਾ ਕੁਸ ਬਾਤ ਯੂ ਵੀ ਨਿਕਲ ਕਾਰੀ ਅੱਗਾਈ ਬ ਅਰ ਯੋ ਨਹੀਂ ਵੀ ਅੱਜ ਕਹਤੇ ਆ ਵੀ ਬੇਲਾ ਤਾਂ ਜਾ ਘਰਾਂ ਨੂੰ ਇਤਰਾ ਸਾਰੇ ਘਰਾਂ ਚ ਲੈ ਅੱਗਾ ਜਿਹੜਾ ਅਫਸਰ ਆਣਾ ਉਸ ਨੂੰ ਵੀ ਤਾਂ ਗੁਪਤ ਜਾਣਕਾਰੀਆਂ ਦੇਣੀਆਂ ਵੀ ਕਿੱਥਾ ਕਿਆ ਕੰਮ ਚੱਲ ਰਾ ਕਿੱਥਾ ਗਿਆ ਚੱਲ ਰਾ ਯੋ ਵੀ ਉਸ ਕਾ ਕਿਆ ਪਤਾ ਤਾ ਨਾ ਜਾਂਦਾ ਹੋਵੇ ਹਲੇ ਵਿਚਾਰੀ ਰਿਪੋਰਟ ਦੇ ਕੇ ਹੀ ਜਾਵਾਂਗਾ ਘਰਾਂ ਨੂੰ ਫੇਰ ਇਹ ਵੀ ਹੋ ਸਕਦਾ ਪਰ ਯੋ ਇੱਕ ਸਵਾਲ ਖੜਾ ਹੋ ਗਿਆ ਚਲੋ ਖੈਰ ਆਰ ਉਧਰ ਕੇਜਰੀਵਾਲ ਐਸ்சி ਭਾਈ ਚਾਰੇ ਵਾਸਤਾ ਪੰਜ ਗਰੰਟੀਆਂ ਦਾ ਐਲਾਨ ਕਰ ਗਿਆ ਲਾਲਚੀ ਲੋਕਾਂ ਦੀ ਬਾਤ ਕਰਾਂ ਵੀ ਲਾਲਚੀ ਲੋਕ ਇਹ ਕਾਂਗਰਸ ਅਕਾਲੀ ਆਪ ਭਾਜਪੀ ਯੋ ਸਾਰੀ ਪਾਰਟੀਆਂ ਦਾ ਮੈਨੂੰ ਤਾਂ ਨਿਉ ਹੀ ਲੱਗ ਰਿਹਾ ਵੀ ਇੱਕੋ ਨਾਰਾ ਪੰਜਾਬ ਦੇ ਲੋਕਾਂ ਨੂੰ ਉੱਠਣ ਨਹੀਂ ਦੇਣਾ ਦੁਬਾਰਾ ਪਹਿਲਾਂ ਬਾਪੂ ਪ੍ਰਕਾਸ਼ ਬਾਦਲ ਯੋ ਆਟੇ ਦੀਆਂ ਥੈਲੀਆਂ ਵੰਡਦਾ ਰਿਹਾ ਦਾਲ ਵੰਡਦਾ ਰਿਹਾ ਫੇਰ ਯੋ ਕਹੇ ਵੀ ਕਾਂਗਰਸ ਦੀ ਸਰਕਾਰ ਆ ਗਈ ਯੋ ਜਨਾਨੀਆਂ ਨੂੰ ਝੂਟੇ ਦੁਆਰੇ ਫ੍ਰੀ ਮਾਂ ਬਸਾਵਾ ਯੋ ਚੀਜ਼ਾਂ ਦੇਤੀਆਂ ਹੋਰ ਵੀ ਨਿੱਕ ਸੁੱਕ ਵੰਡਿਆ ਹੀ ਖੈਰ ਕਾਂਗਰਸ ਨੇ ਵੀ ਮਤਲਬ ਯੋ ਕਹ ਲੋ ਵੀ ਕਿਸੇ ਨੇ ਕਿਸ ਨੂੰ ਠੰਡ ਨਹੀਂ ਦੇਣਾ ਕੇਜਰੀਵਾਲ ਨੇ ਲੱਕ ਬੰਨਿਆ ਵਾ ਰੋਜ਼ ਹਾਜ਼ਰ ਰੋਜ਼ ਇਹ ਕਹਿ ਦਿਆ ਕਹ ਆ ਵੀ ਯੋ ਫ੍ਰੀ ਕਰ ਦੇਂਗੇ ਯੋ ਫ੍ਰੀ ਕਰ ਦੇਂਗੇ ਯੋ ਫ੍ਰੀ ਕਰ ਦੇਂਗੇ ਮੈਂ ਮੈਨੂੰ ਯੋ ਹੋ ਨਹੀਂ ਪਤਾ ਲੱਗ ਰਿਹਾ ਵੀ ਉਹ ਇਤਨਾ ਕੁਝ ਫ੍ਰੀ ਕਰ ਦੇਣਗੇ ਪੈਸਾ ਆਣਾ ਕਿੱਥੇ ਤੇ ਹੈ ਐਸਸੀ ਭਾਈ ਚਾਰੇ ਦੀ ਸੋਚੀ ਜਾਂ ਬੀਸੀ ਵਾਲਿਆਂ ਦਾ ਵੀ ਸੋਚ ਲਿਓ ਜਰਨਾ ਕੈਟਾਗਰੀਆ ਵੀ ਸੋਚ ਲਿਓ ਵੀਰ ਜੋ ਵੀ ਪੰਜਾਬ ਦੇ ਵਿੱਚੇ ਰਾਂ ਹੈ ਪਹਿਲਾ ਉਹ ਦਿਨ ਯੋ ਇਨਕਾ ਚੀਮਾ ਕਰ ਰਿਹਾ ਦਾ ਕਾ ਜਦ ਮਾਰੀ ਸਰਕਾਰ ਬਣ ਗਈ ਐਸੀਆਂ ਵਾਸਤਾ ਵਧੀਆ ਸਕੀਮ ਲੈ ਕੇ ਆਂਗੇ ਮਾਨੂੰ ਜਿਤਾਓ ਮਾਰੀ ਸਰਕਾਰ ਲੈ ਆਉ ਲੈ ਦੱਸ ਸਭੀ ਤਾਂ ਬਸ ਐਸੀਆਂ ਦੇ ਮੰਗ ਲਿਓ ਵੋਟਾਂ ਫਿਰ बीसीआर जनरल कैटेगरीਆਂ ਤੋਂ ਹਰਿਆਣਾ ਵੋਟ ਪਾ ਕਾਮੇਂਗੇ ਜਾ ਕੇ ਜਦੋਂ ਇਹਨੂੰ ਕੀ ਸਮਝਨੀ ਆਂਦੀ ਮਨ ਨੂੰ ਇਹਨਾਂ ਵੀ ਤਾਂ ਪੰਜਾਬ ਇਹਨਾਂ ਨੂੰ ਜਾਗਾ ਲਾ ਦੇ ਹਰਿਆਣੇ ਕੇ ਮਾਰੇ ਵੋਟਾਂ ਰਹਿਣਗੇ ਮਨ ਨੂੰ ਆ ਦੇ ਫਿਰ बीसी ਜਰਨਲ ਵਾਲਿਆਂ ਗਿਆ ਇਹ ਹਰਿਆਣੇ ਮੈਂ ਖੱਟਰ ਨੂੰ ਪਾ ਦੇਗੇ ਵੋਟ ਸਮਤ ਤੇ ਬਾਹ ਅਖਰੀ ਦੇਸ਼ ਮਾ ਹੋ ਗਿਆ ਰਹਾ ਹਰ ਬਾਕੀ ਵੀਰ ਉਧਰ ਸੁਖਵੀਰ ਬਾਦਲ ਇਹ ਕਰਾ ਇਹ ਕਬੱਡੀ ਬਹੁ ਕਰੋੜੀ ਫੇਰ ਬਣਾ ਲੈਣੀ ਦੱਸ ਹੈ ਪਾਰਲ ਗਰੁੱਪ ਵਾਲਿਆਂ ਗਏ ਉਹ ਝੰਬੇ ਵੇ ਬੰਦੇ ਹਲੇ ਤੱਕ ਲੋਟ ਨਹੀਂ ਆਏ ਵੀਰੋ ਬਾਤਾਂ ਮਾਰਾਂ ਇਹ ਕਹਿਣੇ ਜੋ ਮਰਜੀ ਕਹਿ ਲਿਓ ਅੱਜ ਕੱਲ ਸਿੱਧੂ ਵਾਰਾ ਕਾ ਮਨੂ ਕਾ ਯੋ ਇਸਕੇ ਆ ਕਹਾ ਕੇਜਰੀਵਾਲ ਗਿਆ ਫਰੀ ਵਾਲੀਆਂ ਸਕੀਮਾਂ ਨਹੀਂ ਚਾਹੀਦੀਆਂ ਦੱਸ ਹੈ ਵੀ ਥਾਰਾ ਚੰਨੀ ਗਿਆ ਦੇ ਰਿਆ ਫਾਂ ਵੀ ਤੋਂ ਐਲਾਨ ਕਰ ਰਹੇ ਫਰੀ ਕਿਤਨਾ ਕੁ ਸਫਰੀ ਕਰਤੇ ਆ ਜਨਾਨੀਆਂ ਨੂੰ ਬਸ ਸਫਰ ਫਰੀ ਕਰਤੇ ਆ ਹੈ ਲੈਟ ਥਾਨਾ ਫ੍ਰੀ ਕਰਨੇ ਵਾਲਾ ਕੰਮ ਕਰਿਆ ਪਿਆ ਹੋਰ ਬੜਾ ਕੁਸ਼ ਕਰਤਿਆ ਥਾਨਾ ਥਾਰੇ ਕੰਮ ਥਾਰੇ ਇਹ ਕੇਜਰੀਵਾਲ ਕੇ ਕੰਮ ਗਲਤ ਦੱਸ ਹੈ ਕੋਈ ਜਮਾਬ ਕਿਸੇ ਬਾ ਪਰ ਕਹਿ ਲਓ ਵੀ ਜਿਸका ਬੱਤਾ ਲੋਡ ਲੱਗ ਰਿਆ ਬਾ ਆਪਣਾ ਮਤਲਬ ਕਹਿ ਲਓ ਵੀ ਕਰ ਰਿਆ ਔਰ ਕੱਲ ਸੀਮ ਚੰਨੀ ਪਾਰ ਰਣਿੰਦਰ ਇਹੋ ਕੈਪਟਨ ਮਰਿੰਦਰ ਦਾ ਸ਼ੋਗਰਾ ਪੜਕਿਆ ਔਰ ਰਣਿੰਦਰ ਨਾ ਯੋ ਰਣਿੰਦਰ ਸਿੱਧੂ ਯੋ ਤੋ ਰਣਿੰਦਰ ਸਿੱਧੂ ਪੜ ਕਿਆ ਕਹਾ ਮੈਂ ਬੁੱਗ ਨਹੀਂ ਕਹਾ ਯੋ ਬਾਤ ਕੱਲ ਕਹੀ ਗੁੱਸਾ ਕਰ ਗਿਆ ਯੋ ਕਾਕਾ ਗੁੱਸਾ ਕਰ ਕਿਆ ਕਾਕਾ ਰਣਿੰਦਰ ਸਿੰਘ ਸਿੱਧੂ ਹਰ ਕੌਣ ਪੁੱਛਾ ਵੀਰ ਇਹ ਪਹਿਲਾਂ ਕਦੇ ਕਿਸੇ ਨੂੰ ਮਿਲੇ ਨਹੀਂ ਵੋਟਾਂ ਆ ਗਏ ਸਾਰਿਆਂ ਨੂੰ ਜਨਤਾ ਯਾਦ ਆਣ ਲੱਗੀ ਵਾਦੇ ਯਾਦ ਆਣ ਲੱਗੇ ਯੋ ਕਹਿ ਲੋ ਵੀਰ ਬਾਕੀ ਇਹ ਵਾ ਭਾਸ਼ਣ ਤੋਂ ਜਿਹੜਾ ਉੱਥਾ ਦੇ ਆ ਇਸਨੇ ਅੰਗਰੇਜ਼ੀਵੇਂ ਦੀ ਆ ਪੰਜਾਬੀ ਤੋਂ ਬੋਲੀ ਮਨ ਤੋਂ یوں ਲੱਗ ਰਿਹਾ ਤੂੰ ਕਿ ਕੈਨੇਡਾ ਦੇ ਵਿੱਚ ਮੈਂ ਚੱਲ ਰਹੀ ਇੰਟਰਵਿਊ ਬਾਦ ਮੈਂ ਦੇਖਿਆ ਕਰ ਕਾ ਬੜਾ ਦੇਖਿਆ ਫਿਰ ਪਤਾ ਲੱਗਾ ਵੀ ਉਹ ਤਾਂ ਪੰਜਾਬ ਵਾਲਾ ਹੀ ਹੈ ਚਲੋ ਖੜ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਵੀਰ ਅੱਜ ਵੀ ਮੈਂ ਛੋਟਾ ਹੀ ਪ੍ਰੋਗਰਾਮ ਰੱਖਾਂਗਾ ਥਾਰੇ ਖਾਤਰ ਕਿਉਂਕਿ ਵੀਰੇ ਗੱਲ ਕੇ ਵਿੱਚ ਮੈਂ ਕਾਫੀ ਪ੍ਰੋਬਲਮ ਬੋਲਣੇ ਮੈਂ ਦਿੱਕਤ ਹੋ ਰਹੀ ਔਰ ਆਵਾਜ਼ ਥੋੜੀ ਜੀ ਟੋਨ ਸਹੀ ਨਹੀਂ ਬੰਦ ਰਹੀ ਔਰ ਕੱਲੂ ਜੀ ਟਾਈਮ ਥਾਰੇ ਗੱਲ ਕਰਾਂਗੇ ਫਿਰ ਮੁਲਾਕਾਤ ਏਬ ਸਾਰਿਆਂ ਨੂੰ ਵੀਰੇ ਲਾਡੇ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ